ਜਦੋਂ ਅੰਦੋਲਨ ਜਿੱਤਿਆ ਜਾਏ, ਅਗਰ ਅਗਰ ਅੰਦੋਲਨ ਹਾਰ ਜਾਏ ਫਿਰ ਤਾਂ ਅਸੀਂ ਝੂਠੇ ਹਾਂ ਅਤੇ ਅਸੀਂ ਅੰਦਰ ਜਾਣਾ ਹੀ ਜਾਣਾ ਹੈ। ਜਦੋਂ ਅਸੀਂ ਅੰਦੋਲਨ ਜਿੱਤ ਗਏ ਇਟ ਮੀਨਸ ਕਿ ਲੋਕ ਸੱਚੇ ਸੀ, ਸਰਕਾਰ ਗਲਤ ਸੀ। ਉਹ ਜਿੰਨੇ ਵੀ ਪਰਚੇ ਦਰਜ ਹੋਏ ਨੇ ਅਜੇ ਉਹ ਲੜਾਈ ਸਾਡੀ ਬਹੁਤ ਵੱਡੀ ਲੜਾਈ ਹੈ। ਉਹ ਸਾਰੇ ਕਿਸਾਨਾਂ ਦੇ ਤੋਂ, ਸਾਡੇ ਮਜ਼ਦੂਰਾਂ ਤੋਂ, ਸਾਡੇ ਨੌਜਵਾਨਾਂ ਤੋਂ ਜਿਹੜੇ ਵੀ ਪਰਚੇ ਦਰਜ ਉਹ ਵਾਪਸ ਕਰਵਾਉਣੇ ਆ। ਜਿਹੜੇ ਸਾਡੇ 700 ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਉੱਤੇ ਜਿਹੜੇ ਪਰਿਵਾਰਾਂ ਨੂੰ ਰੋਲਿਆ ਗਿਆ, ਪਰਿਵਾਰ ਵਿਚਾਰੇ ਪਰੇਸ਼ਾਨ ਹੋਏ, ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ, ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ, ਉਹਨਾਂ ਨੂੰ ਮੁਆਵਜ਼ਾ ਦੇਣਾ, ਇਹ ਸਾਡੀ ਮੰਗ ਹੈ ਜੀ ਬਾਕੀ। ਅਗਰ ਚੰਨੀ ਸਾਹਿਬ ਲੋਕਾਂ ਨਾਲ ਕੀਤਾ ਵਾਅਦਾ ਤੁਸੀਂ ਪੂਰਾ ਨਾ ਕੀਤਾ, ਤੁਹਾਡੀ ਸਰਕਾਰ ਨੇ ਪੂਰਾ ਨਾ ਕੀਤਾ, ਤਾਂ ਅਸੀਂ ਦਿੱਲੀਓਂ ਉੱਠ ਕੇ ਸਿੱਧੇ ਚੰਡੀਗੜ੍ਹ ਆਵਾਂਗੇ। ਇਹਨਾਂ ਨੂੰ ਸੱਦਾ 'ਤੇ ਬਿਠਾਇਆ, ਰਾਜ ਭੋਗਣ ਦਾ ਸੁੱਖ ਦਿੱਤਾ, ਪਰ ਸਾਡੀ ਉਹ ਤਾਂ ਉਹ ਜਿਹੜੀ ਇਹਨਾਂ ਨੇ ਕਮਿਟਮੈਂਟ ਆ ਪੂਰੀ ਕਰਨ ਦੀ ਡਿਊਟੀ ਬਣਦੀ ਇਹਨਾਂ ਦੀ। ਸਾਡਾ ਇਸ ਗੱਲ ਨਾਲ ਕੋਈ ਮਤਲਬ ਨਹੀਂ, ਪੈਸੇ ਕਿੱਥੋਂ ਲੈਂਦੇ ਨੇ, ਕਿਵੇਂ ਕਰਦੇ ਨੇ, ਇਹ ਇਹਨਾਂ ਦਾ ਕੰਮ ਹੈ। ਸਾਡੀ ਉਹਨਾਂ ਨੂੰ ਫਿਰ ਅਪੀਲ ਆ ਕਿ ਲੜਾਈ ਨਾ ਹੋਵੇ ਤਾਂ ਚੰਗੀ ਗੱਲ ਹੈ, ਨਹੀਂ ਤਾਂ ਮਤਲਬ ਅਕਸ਼ ਕਿਤੇ ਨਾ ਕਿਤੇ ਮਤਲਬ ਫਿਰ ਇਹਨਾਂ ਦਾ ਖਰਾਬ ਹੋਏਗਾ। ਕਿਸਾਨ ਤਾਂ ਮਤਲਬ ਅਜੇ ਮੁਕੱਦਮੇ ਚੁਲਝੇ ਪਏ ਨੇ ਸਾਡੇ। ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨਾਂ ਨੂੰ, ਨੌਜਵਾਨਾਂ ਨੂੰ ਛੱਡ ਕੇ ਜਾਣਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਆਪਦੇ ਪਰਿਵਾਰ ਨਾਲ ਹੀ ਧੋਖਾ ਕਰਾਂਗੇ ਜੇ ਅਸੀਂ ਕਰਾਂਗੇ। ਸਾਰੀਆਂ ਸਟੇਟਾਂ ਦਾ ਧਿਆਨ ਕਰਨ ਦੀ ਲੋੜ ਹੈ ਵੀ ਕਿੱਥੇ ਕੀ ਫਸਲ ਹੁੰਦੀ ਹੈ, ਕਿੱਥੇ ਕੀ ਫਸਲ ਹੁੰਦੀ ਹੈ, ਇਹਨੂੰ ਕੀ ਰੇਟ ਚਾਹੀਦਾ, ਇਹਨੂੰ ਕੀ ਰੇਟ ਚਾਹੀਦਾ, ਕਿੱਥੇ ਖਰਚਾ ਜ਼ਿਆਦਾ, ਕਿੱਥੇ ਖਰਚਾ ਘੱਟ ਹੈ, ਉਹ ਇਸ਼ੂ ਤਾਂ ਵੱਖਰਾ ਹੈ ਨਾ। ਉਹ ਤਾਂ MSP ਤੈਅ ਕਰਨ ਵਾਸਤੇ ਹੈ, ਨਾ ਕਿ ਕਾਨੂੰਨ ਬਣਾਉਣ ਵਾਸਤੇ। ਦੇਖੋ, ਇੱਕ ਤਾਂ ਸਭ ਤੋਂ ਵੱਡੀ ਇਹ ਹੈ ਗੱਲ ਕਿ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ 3 ਕਾਲੇ ਕਾਨੂੰਨਾਂ ਨੂੰ ਜਿਹੜਾ ਰੱਦ ਕਰਾ ਲਏ ਅਸੀਂ, ਇੱਕ ਬਹੁਤ ਵੱਡੀ ਜਿੱਤ ਹੈ, ਛੋਟੀ ਨਹੀਂ ਹੈ। ਇੱਕ ਅਹੰਕਾਰੀ ਰਾਜੇ ਨੂੰ ਝੁਕਾ ਲੈਣਾ, ਔਰ ਉਹ ਵੀ ਉਸ ਵੇਲੇ ਜਦੋਂ ਬਹੁਤ ਵੱਡੀ ਤਾਕਤ ਮਗਰ ਖੜੀ ਹੋਵੇ ਉਹਨਾਂ ਦੇ, ਇਹ ਇੱਕ ਮਤਲਬ ਇਤਿਹਾਸਕ ਮਿਸਾਲੀ ਜਿੱਤ ਹੈ। ਹਾਂ, ਇੱਕ ਗੱਲ ਜ਼ਰੂਰ ਹੈਗੀ ਹੈ ਨਾਲ ਕਿ ਇਸ ਅੰਦੋਲਨ ਦੇ ਚੱਲਦਿਆਂ ਪਤਾ ਨਹੀਂ ਸਰਕਾਰ ਨੂੰ ਹੋਇਆ ਕੀ ਹੈ। ਹਮੇਸ਼ਾ ਇਹ ਗੱਲ ਹੁੰਦੀ ਹੈ ਕਿ ਜਦੋਂ ਵੀ ਅੰਦੋਲਨ ਚੱਲਦਾ ਹੈ, ਅੰਦੋਲਨ ਚੱਲਦਿਆਂ ਜਿੰਨੇ ਲੋਕਾਂ ਦੇ ਉੱਤੇ ਮੁਕੱਦਮੇ ਦਰਜ ਹੁੰਦੇ ਨੇ, ਜਦੋਂ ਅੰਦੋਲਨ ਜਿੱਤਿਆ ਜਾਏ, ਅਗਰ ਅੰਦੋਲਨ ਹਾਰ ਜਾਏ ਫਿਰ ਤਾਂ ਅਸੀਂ ਝੂਠੇ ਹਾਂ ਅਤੇ ਅਸੀਂ ਅੰਦਰ ਜਾਣਾ ਹੀ ਜਾਣਾ ਹੈ। ਜਦੋਂ ਅਸੀਂ ਅੰਦੋਲਨ ਜਿੱਤ ਗਏ ਇਟ ਮੀਨਸ ਕਿ ਲੋਕ ਸੱਚੇ ਸੀ, ਸਰਕਾਰ ਗਲਤ ਸੀ। ਤਾਂ ਇਹ ਜਿਹੜੇ ਕਿਸਾਨਾਂ ਦੇ ਪਰਚੇ ਆ ਉਹ ਹਜੇ ਬਾਕੀ ਨੇ। ਸਾਨੂੰ ਪਤਾ ਇਸ ਗੱਲ ਦਾ ਕਿ ਵੱਡੀ ਪੱਧਰ ਦੇ ਉੱਤੇ ਇਕੱਲੇ ਹਰਿਆਣੇ 'ਚ 48,000 ਪਰਚਾ ਹੈ ਜੀ। ਦਿੱਲੀ 'ਚ ਕਿੰਨਾ ਲੋਕਾਂ ਦੇ ਉੱਤੇ ਪਰਚਾ ਹੋਇਆ ਹੈ, UP ਦਾ, ਸਾਰੇ ਹਿੰਦੁਸਤਾਨ ਟ੍ਰੇਨਾਂ ਰੁਕੀਆਂ, ਉਹ ਵੀ ਪਰਚੇ ਦਰਜ ਹੋਏ ਨੇ। ਤੋ ਜਿੰਨੇ ਵੀ ਪਰਚੇ ਦਰਜ ਹੋਏ ਨੇ ਹਜੇ ਉਹ ਲੜਾਈ ਸਾਡੀ ਬਹੁਤ ਵੱਡੀ ਲੜਾਈ ਹੈ। ਉਹ ਸਾਰੇ ਕਿਸਾਨਾਂ ਦੇ ਉੱਤੋਂ, ਸਾਡੇ ਮਜ਼ਦੂਰਾਂ 'ਚੋਂ, ਸਾਡੇ ਨੌਜਵਾਨਾਂ ਤੋਂ ਜਿਹੜੇ ਵੀ ਪਰਚੇ ਦਰਜ ਉਹ ਵਾਪਸ ਕਰਵਾਉਣੇ ਹੈ। ਸਰਕਾਰ ਕਦੋਂ ਕਰਦੀ ਹੈ? ਦੇਖੋ, MSP ਕੋਈ ਜਿਹੜੀ ਗੱਲ ਇਹ ਕਰਦੇ ਨੇ, ਅਗਰ ਉਹ 'ਤੇ ਧਿਆਨ ਨਾਲ ਦੇਖਿਆ ਜਾਏ, ਨਰਿੰਦਰ ਮੋਦੀ ਜੀ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਸੀ, ਉਸ ਵੇਲੇ ਇਹਨਾਂ ਨੇ ਇੱਕ ਕਮੇਟੀ ਦੀ ਚੇਅਰਮੈਨਸ਼ਿਪ ਨਿਭਾਈ ਹੈ, ਔਰ ਉਸ ਕਮੇਟੀ ਨੇ ਬੜਾ ਕਲੀਅਰ ਕੱਟ ਫੈਸਲਾ ਦਿੱਤਾ ਸੀ ਕਿ ਕਿਸਾਨਾਂ ਨੂੰ MSP ਦੇ ਉੱਤੇ ਗਰੰਟੀ ਦਿੱਤੀ ਜਾਏ। ਔਰ ਜੇ ਉਸ ਵੇਲੇ ਉਹਦੀ ਖੁਦ ਦੀ ਬਣਾਈ ਕਮੇਟੀ ਕਹਿੰਦੀ ਹੈ ਵੀ ਕਿਸਾਨਾਂ ਨੂੰ MSP ਦਿੱਤੀ ਜਾਏ, ਤਾਂ ਅੱਜ ਤਾਂ ਫਿਰ ਮਤਲਬ ਪ੍ਰਧਾਨ ਮੰਤਰੀ ਬਣ ਗਏ ਨੇ। ਸਵਾਲ ਇਸ ਗੱਲ ਦਾ ਵੀ ਜਾਂ ਤਾਂ ਉਦੋਂ ਰਿਪੋਰਟ ਦੇਣ ਲੱਗਿਆਂ ਨੇ ਕਿਤੇ ਨਾ ਕਿਤੇ ਬੇਈਮਾਨੀ ਕੀਤੀ ਹੈ, ਜਾਂ ਫਿਰ ਅੱਜ ਰਿਪੋਰਟ ਨੂੰ ਉਸਨੂੰ ਲਾਗੂ ਕਰਨ ਦੀ, ਆਪਦੀ ਬਣਾਈ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਆਉਂਦੀ ਹੈ, ਅੱਜ ਕਿਤੇ ਨੀਅਤ ਦੇ ਵਿੱਚ ਖੋਟ ਨਜ਼ਰ ਆ ਰਿਹਾ ਹੈ। ਤੋ ਉਹ ਇਹਨਾਂ ਨੂੰ ਲੋੜ ਨਹੀਂ ਹੁਣ ਕਮੇਟੀਆਂ ਦੀ, ਕਮੇਟੀ ਬਣ ਚੁੱਕੀ ਸੀ, ਹੁਣ ਤਾਂ ਕਾਨੂੰਨ ਬਣਾਉਣ ਦੀ ਲੋੜ ਹੈ, ਉਹ ਤਾਂ ਕਾਨੂੰਨ ਬਣਾਵੇ ਸਰਕਾਰ। ਉਹ ਬਹੁਤ ਇੰਪੋਰਟੈਂਟ ਨੇ, ਜਿਹੜੇ ਸਾਡੇ 700 ਕਿਸਾਨ ਸ਼ਹੀਦ ਹੋਇਆ ਉਹਨਾਂ ਦੇ ਉੱਤੇ ਜਿਹੜੇ ਪਰਿਵਾਰਾਂ ਨੂੰ ਰੋਲਿਆ ਗਿਆ, ਪਰਿਵਾਰ ਵਿਚਾਰੇ ਪਰੇਸ਼ਾਨ ਹੋਏ, ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ, ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ, ਉਹਨਾਂ ਨੂੰ ਮੁਆਵਜ਼ਾ ਦੇਣਾ, ਇਹ ਸਾਡੀ ਮੰਗ ਹਜੇ ਬਾਕੀ ਹੈ। ਬਹੁਤ ਸਾਰੀਆਂ ਜਥੇਬੰਦੀਆਂ ਕਹਿ ਰਹੀਆਂ ਕਿ ਹੁਣ ਦਿੱਲੀ ਤੋਂ ਬਾਅਦ ਚੰਡੀਗੜ੍ਹ ਵੱਲ ਕੂਚ ਕੀਤਾ ਜਾਵੇ ਕਿਉਂਕਿ ਕਰਜ਼ ਮਾਫੀ ਦੀ ਵੀ ਮੰਗ ਹਾਲੇ ਤੱਕ ਬਾਕੀ ਹੈ। ਬਹੁਤ ਗੱਲ ਵੱਡੀ ਹੈ, ਲੇਕਿਨ ਦਿੱਲੀ ਜਿੱਤ ਲਈਏ, ਦਿੱਲੀ ਜਿੱਤ ਲਈਏ ਚੱਲਾਂਗੇ ਚੰਡੀਗੜ੍ਹ ਵੀ। ਔਰ ਚੰਡੀਗੜ੍ਹ ਵੀ ਮੈਂ ਇਹ ਕਲੀਅਰ ਕਰਦਾ ਕਿ ਮੈਂ ਤਾਂ ਪਹਿਲੇ ਫੈਸਲਾ ਕਰ ਦਿੱਤਾ ਸੀ, ਮੈਂ ਤਾਂ ਆਪਦੀ ਬਰਨਾਲਾ ਦੀ ਰੈਲੀ ਦੇ ਵਿੱਚ ਅਨਾਊਂਸਮੈਂਟ ਕਰਕੇ ਆਇਆ ਸੀ ਕਿ ਅਗਰ ਚੰਨੀ ਸਾਹਿਬ ਲੋਕਾਂ ਨਾਲ ਕੀਤਾ ਵਾਅਦਾ ਤੁਸੀਂ ਪੂਰਾ ਨਾ ਕੀਤਾ, ਤੁਹਾਡੀ ਸਰਕਾਰ ਨੇ ਪੂਰਾ ਨਾ ਕੀਤਾ, ਤਾਂ ਅਸੀਂ ਦਿੱਲੀਓਂ ਉੱਠ ਕੇ ਸਿੱਧੇ ਚੰਡੀਗੜ੍ਹ ਆਵਾਂਗੇ। ਦੂਜੇ ਪਾਸੇ ਅੱਜ ਚਰਨਜੀਤ ਚੰਨੀ ਨੇ ਇੱਕ ਚਿੱਠੀ ਲਿਖ ਦਿੱਤੀ ਹੈ ਨਰਿੰਦਰ ਮੋਦੀ ਨੂੰ, ਕਹਿੰਦੇ ਜਿਹੜਾ ਕਰਜ਼ ਮਾਫੀ ਉਹਦੇ ਵਿੱਚ ਪੰਜਾਬ ਸਰਕਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਪੰਜਾਬ ਸਰਕਾਰ ਇਕੱਲੀ ਇੰਨੀ ਸਮਰੱਥ ਨਹੀਂ ਕਿ ਕਰਜ਼ ਮਾਫ ਕਰ ਦੇ, ਕੇਂਦਰ ਸਰਕਾਰ ਮਦਦ ਕਰੇ ਕਿਸਾਨਾਂ ਦਾ ਕਰਜ਼ਾ। ਚਲੋ ਸਵਾਲ ਇਹ ਹੈ
ਇਹ ਉਹਨਾਂ ਤੇ ਡਿਪੈਂਡ ਕਰਦਾ ਉਹਨੇ ਕਿੱਥੋਂ ਕਰਨਾ ਕਿਵੇਂ ਕਰਨਾ ਕਿਵੇਂ ਕਰ ਕੀ ਪ੍ਰੋਸੈਸ ਅਡੋਪਟ ਕਰਨਾ ਇਹ ਸਰਕਾਰ ਦਾ ਕੰਮ ਹੈ ਸਾਡਾ ਨਹੀਂ ਹੈ ਸਾਡੇ ਨਾਲ ਕਮਿਟਮੈਂਟ ਕੀਤੀ ਆ ਸਾਡੀ ਉਸ ਕਮਿਟਮੈਂਟ ਦੇ ਉੱਤੇ ਅਸੀਂ ਲੋਕਾਂ ਨੇ ਵੋਟਾਂ ਪਾਈਆਂ ਨੇ ਇਹਨਾਂ ਨੂੰ ਸੱਤਾ ਤੇ ਬਿਠਾਇਆ ਰਾਜ ਭੋਗਣ ਦਾ ਸੁੱਖ ਦਿੱਤਾ ਹੈ ਪਰ ਸਾਡੀ ਉਹ ਤਾਂ ਉਹ ਜਿਹੜੀ ਇਹਨਾਂ ਨੇ ਕਮਿਟਮੈਂਟ ਉਹ ਪੂਰੀ ਕਰਨ ਦੀ ਡਿਊਟੀ ਬਣਦੀ ਇਹਨਾਂ ਦੀ ਸਾਡਾ ਇਸ ਗੱਲ ਨਾਲ ਕੋਈ ਮਤਲਬ ਨਹੀਂ ਪੈਸੇ ਕਿੱਥੋਂ ਲੈਂਦੇ ਨੇ ਕਿਵੇਂ ਕਰਦੇ ਨੇ ਇਹਨਾਂ ਦਾ ਕੰਮ ਪੰਜਾਬ ਸਰਕਾਰ ਗੱਲ ਘੁਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗੱਲ ਹੁਣ ਕੇਂਦਰ ਦੇ ਪਾਲੇ ਪਾ ਦਿੱਤੀ ਜਾਵੇ ਨਹੀਂ ਆਏ ਕੇਂਦਰ ਦੇ ਪਾਲੇ ਨਹੀਂ ਪੈਂਦੀ ਗੱਲ ਇਹ ਤਾਂ ਜਿਨ੍ਹਾਂ ਨੇ ਵਾਅਦਾ ਕੀਤਾ ਉਹਨਾਂ ਦੇ ਪਾਲੇ ਹੀ ਰਹਿਣੀ ਹੈ ਉਹਨਾਂ ਦੇ ਨਾਲ ਹੀ ਲੋਕਾਂ ਦੀ ਲੜਾਈ ਹੋਣੀ ਹੈ ਸਾਡੀ ਉਹਨਾਂ ਨੂੰ ਫਿਰ ਅਪੀਲ ਆ ਕਿ ਲੜਾਈ ਨਾ ਹੋਵੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਮਤਲਬ ਅਕਸ਼ ਕਿਤੇ ਨਾ ਕਿਤੇ ਮਤਲਬ ਫਿਰ ਇਹਨਾਂ ਦਾ ਵੀ ਖਰਾਬ ਹੋਏਗਾ ਕੱਲ੍ਹ ਦੀ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਦੇ ਵਿੱਚ ਕਿਹੜੇ ਮੁੱਖ ਫੈਸਲੇ ਜਿਹੜੇ ਨੇ ਉਹ ਲਏ ਜਾ ਸਕਦੇ ਨੇ ਜਿਹਨੂੰ ਲੈ ਕੇ ਬੁਲਾਈ ਗਈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਨਹੀਂ ਕੱਲ੍ਹ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 4 ਨੂੰ ਹੋਣੀ ਹੈ ਉਹ ਜਿਹੜਾ 32 ਜਥੇਬੰਦੀਆਂ ਦੇ ਵਿੱਚ ਐਲਾਨ ਸੀਗਾ ਉਹ ਸਿਰਫ ਮਤਲਬ 40 ਦੀ ਮੀਟਿੰਗ ਦਾ ਐਲਾਨ ਸੀਗਾ ਤੇ ਉਹ ਸੰਯੁਕਤ ਮੋਰਚੇ ਦੀ ਨਹੀਂ ਸੰਯੁਕਤ ਮੋਰਚਾ ਤਾਂ ਮਤਲਬ ਬਹੁਤ ਵੱਡਾ ਨੇ ਪੂਰੇ ਦੇਸ਼ ਦੀਆਂ ਜਥੇਬੰਦੀਆਂ ਦਾ ਉਹਦੇ 'ਚ ਹੋਣਾ ਤੁਸੀਂ ਹਿੱਸਾ ਲੈ ਰਹੇ ਹੋ ਕੱਲ੍ਹ ਦੀ ਮੀਟਿੰਗ 'ਚ ਨਹੀਂ ਕੱਲ੍ਹ ਨੂੰ ਤਾਂ ਮੈਂ ਤਾਂ ਅੱਜ ਮਤਲਬ ਪੰਜਾਬ ਜਾਣਾ ਮੇਰੇ ਤੱਕ ਮਜਬੂਰੀ ਹੈ ਮੇਰੇ ਮਤਲਬ ਬੱਚੇ ਨੋ ਬਿਮਾਰ ਸੀ ਮੈਨੂੰ ਉਹਦੇ ਕਰਕੇ ਜਾਣਾ ਪੈਣਾ ਮੈਨੂੰ ਮੈਂ ਪੰਜਾਬ ਜਾਊਂਗਾ ਕੱਲ੍ਹ ਮੈਂ ਮੀਟਿੰਗ 'ਚ ਨਹੀਂ ਜਾਊਂਗਾ ਤਾਂ ਹਾਲੇ ਮੋਰਚਾ ਡਟਿਆ ਰਹੇਗਾ ਜਾਂ ਫਿਰ ਕੋਈ ਤਿਆਰੀ ਹੈ ਦੇਖੋ ਤਿਆਰੀ ਕਿਵੇਂ ਹੋ ਜਾਏਗੀ ਜੀ ਸਾਡੇ ਕਿਸਾਨ ਤੇ ਮਤਲਬ ਅਜੇ ਮੁਕੱਦਮੇ ਚੁਲਝੇ ਪਏ ਨੇ ਸਾਡੇ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨਾਂ ਨੂੰ ਨੌਜਵਾਨਾਂ ਨੂੰ ਛੱਡ ਕੇ ਜਾਣਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਆਪਦੇ ਪਰਿਵਾਰ ਨਾਲ ਹੀ ਧੋਖਾ ਕਰਾਂਗੇ ਜੇ ਅਸੀਂ ਕਰਾਂਗੇ ਤਾਂ ਲੱਗਦਾ ਕਿ ਜੀ MSP ਦੀ ਉੱਤੇ ਕਮੇਟੀ ਬਣਾ ਕੇ ਕੋਈ ਹੱਲ ਨਿਕਲ ਸਕਦਾ ਹੈ ਜਾਂ ਕਿਵੇਂ ਦੇਖੋ ਕਮੇਟੀ ਦੇ ਜ਼ਰੀਏ ਕੋਈ ਹੱਲ ਦੇਖਦੇ ਹੋ ਕਿ ਕਾਨੂੰਨ ਕਿੱਦਾਂ ਦਾ ਹੋਵੇ ਇਸ ਲਈ ਕਮੇਟੀ ਦਾ ਗਠਨ ਕਰ ਦਿੱਤਾ ਦੇਖੋ ਗੱਲ ਕੀ ਹੈ ਕਿਸਾਨਾਂ ਦੇ ਨੁਮਾਇੰਦੇ ਸਰਕਾਰ ਦੇ ਨੁਮਾਇੰਦੇ ਸ਼ਾਮਲ ਕੀਤੇ ਮੈਂ ਇੱਕ ਬੇਨਤੀ ਕਰਾਂ ਪਹਿਲੇ ਤਾਂ ਇੱਕ ਕਮੇਟੀ ਦਾ ਫੈਸਲਾ ਮੈਂ ਪਹਿਲੇ ਅਰਜ਼ ਕੀਤੀ ਹੈ ਨਾ ਵੀ ਕਮੇਟੀ ਆ ਚੁੱਕੀ ਹੈ ਉਹਦਾ ਫੈਸਲਾ ਹੋ ਚੁੱਕਿਆ ਲਾਗੂ ਕਰ ਦੇਣ ਇੱਕ ਗੱਲ ਨੰਬਰ 2 ਕਾਨੂੰਨ ਬਣਾਉਣ ਵਾਸਤੇ ਕਮੇਟੀ ਦੀ ਕੀ ਲੋੜ ਹੈ ਜੀ ਉਹ ਤਾਂ ਸਿਰਫ ਇੱਕ ਕਾਨੂੰਨ ਬਣਾਉਣਾ ਇਹਨਾਂ ਨੇ ਕਾਨੂੰਨ 'ਚ ਕੀ ਕਹਿਣਾ ਹੈ ਕਿ ਜੀ ਅਸੀਂ ਕਿਸਾਨਾਂ ਦੀ ਪੂਰੇ ਭਾਰਤ ਦੇ ਵਿੱਚ ਫਸਲ MSP ਤੋਂ ਘੱਟ ਨਾ ਵਿਕੇ ਇਹਨੂੰ ਅਸੀਂ ਕਾਨੂੰਨ ਦੇ ਦਾਇਰੇ 'ਚ ਲੈਂਦੇ ਹੋਏ ਜਿਹੜਾ ਵੀ ਆਦਮੀ MSP ਦੇ ਰੇਟ ਤੋਂ ਘੱਟ ਫਸਲ ਖਰੀਦੇਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ ਉਹਦੇ ਖਿਲਾਫ ਮਰਚਾ ਦਰਜ ਹੋਏਗਾ ਸਿਰਫ ਆਹ 4 ਗੱਲਾਂ ਲਿਖ ਕੇ ਕਾਨੂੰਨ ਬਣਾਉਣਾ ਉਹ ਹਾਂ ਅਗਲੀ ਗੱਲ ਕੀ ਹੈ ਅਗਰ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲੈਣੀ ਹੈ ਜਾਂ MSP ਤੈਅ ਹੋਣੀ ਹੈ ਉਹਦੇ ਵਾਸਤੇ ਜ਼ਰੂਰ ਦੇਸ਼ ਭਰ ਦੀਆਂ ਜਥੇਬੰਦੀਆਂ ਦੇਸ਼ ਭਰ ਦੇ ਲੋਕਾਂ ਸਾਰੀਆਂ ਸਟੇਟਾਂ ਦਾ ਧਿਆਨ ਕਰਨ ਦੀ ਲੋੜ ਹੈ ਵੀ ਕਿੱਥੇ ਕੀ ਫਸਲ ਹੁੰਦੀ ਹੈ ਕਿੱਥੇ ਕੀ ਫਸਲ ਹੁੰਦੀ ਹੈ ਇਹਨੂੰ ਕੀ ਰੇਟ ਚਾਹੀਦਾ ਹੈ ਇਹਨੂੰ ਕੀ ਰੇਟ ਚਾਹੀਦਾ ਹੈ ਕਿੱਥੇ ਖਰਚਾ ਜ਼ਿਆਦਾ ਕਿੱਥੇ ਖਰਚਾ ਘੱਟ ਹੈ ਉਹ ਇਸ਼ੂ ਤਾਂ ਵੱਖਰਾ ਹੈ ਨਾ ਉਹ ਤਾਂ MSP ਤੈਅ ਕਰਨ ਵਾਸਤੇ ਹੈ ਨਾ ਕਿ ਕਾਨੂੰਨ ਬਣਾਉਣ ਵਾਸਤੇ ਦੇਖੋ ਸਮੇਂ ਦੇ ਮੁਤਾਬਕ ਆਪਣੇ ਆਪ ਸਾਰਾ ਕੁਝ ਉਗੜ ਕੇ ਸਾਰੇ ਸਾਹਮਣੇ ਆ ਜਾਣਾ ਕਿਹਦਾ ਵਿਰੋਧ ਕੌਣ ਕਰਦਾ ਸਾਡਾ ਤਾਂ ਭਾਵਨਾ ਨਹੀਂ ਕਿ ਕਿਸੇ ਦਾ ਵਿਰੋਧ ਕਰੀਏ ਪਰ ਮੈਨੂੰ ਲੱਗਦਾ ਸਮਾਜ ਦੇ ਵਿੱਚੋਂ ਆਪਣੇ ਆਪ ਹੀ ਸਾਰਾ ਕੁਝ ਸਾਹਮਣੇ ਆਜੂਗਾ।